ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਪਰ ਇੱਕ ਵਾਰੀ ਨਜ਼ਰ ਮਾਰਦੇ ਆਂ ਝੋਣਵੀਂਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਹਥਿਆਰਬੰਦ ਬਲਾਂ ਚ 5 ਸਾਲਾਂ ਚ 2 ਲੱਖ ਨੌਜਵਾਨਾਂ ਨੂੰ ਨੌਕਰੀਆਂ 84000 ਭਰਤੀਆਂ ਕੱਢਣ ਦੀ ਤਿਆਰੀ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਹਾਸਲ ਕਰਨ ਦੀਆਂ ਇੱਛਕ ਗੈਰ ਸਰਕਾਰੀ ਸੰਸਥਾਵਾਂ ਤੋਂ ਮੰਗੀਆਂ ਅਰਜ਼ੀਆਂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਨਿਸ਼ਾਤ ਸ਼ਰਮਾ ਨੂੰ ਖਤਰਾ 바ਦਿਆ ਫੋਨ ਕਰਕੇ ਕਿਹਾ ਹੁਣ ਤੇਰੀ ਵਾਰੀ ਬੀਬੀ ਜਾਗੀਰਕਾਰ ਦੇ ਖੁਲਾਸਿਆਂ ਨਾਲ ਆਕਾਰੀ ਦਲ ਚ ਖਲਬਲੀ ਡੇਰਾ ਸਿਰਸਾ ਬਾਰੇ ਕਹੀ ਵੱਡੀ ਗੱਲ ਪੰਜ ਹਿੰਦੂ ਨੇਤਾਵਾਂ ਨੂੰ ਦਿੱਤੀਆਂ ਬੁਲਟ ਪ੍ਰੂਫ ਜੈਕਟ ਸੁਰੱਖਿਆ ਸਮਿਖਿਆ ਤੋਂ ਬਾਅਦ ਲਿਆ ਫੈਸਲਾ 8 ਨਵੰਬਰ ਜਾਨੀ ਕਿ ਅੱਜ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ ਗਰਭਵਤੀ ਔਰਤਾਂ ਇਹਨਾਂ ਗੱਲਾਂ ਦਾ ਰੱਖਣ ਖਾਸ ਖਿਆਲ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਅਮਰਪੁਰ ਸੂਬੇ ਦੇ ਵਿਧਾਇਕ ਲਗਾ ਰਹੇ ਪਿਸਤੌਲਾਂ ਦੀ ਨਿਮਾਇਸ਼ ਬੁਢਾਪਾ ਪੈਨਸ਼ਨ ਲੈ ਰਹੇ ਐਨ ਆਰ ਆਈਜ਼ ਦੇ ਪੰਜਾਬ ਸਰਕਾਰ ਸਖਤ ਕੀਤੀ ਪੈਨਸ਼ਨ ਬੰਦ ਆ 9 ਨਵੰਬਰ ਤੋਂ ਦਿੱਲੀ ਦੀ ਆਬੋ ਹਵਾ ਚ ਹੋ ਰਿਹਾ ਹੈ ਸudar ਖੁਦਨਗੇ ਸਰਕਾਰੀ ਪ੍ਰਾਇਮਰੀ ਸਕੂਲ ਵੱਡੀ ਖਬਰ ਪੰਜਾਬ ਸਰਕਾਰ ਨੇ ਬਲੈਕਲਿਸਟ ਕੀਤੇ ਇਹ ਵਾਣਸ ਹੋਵੇਗੀ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਾਰਤੀ ਹੋਣ ਲਈ ਲਿਖਤੀ ਪੇਪਰ ਦੀ ਮੁਫਤ ਤਿਆਰੀ ਪਰਾਲੀ ਸਾਰਨ ਵਾਲਿਆਂ ਤੇ ਸਰਕਾਰ ਸਖਤ ਹੁਣ ਨਹੀਂ ਮਿਲੇਗੀ ਕਿਸਾਨ ਸਨਮਾਨ ਦੇ ਦੀ ਸਕੀਮ ਦੇ ਪੈਸੇ ਐਸਜੀਪੀਸੀ ਚੋਣਾਂ ਚ ਲੈ ਕੇ ਬੀਬੀ ਜਗੀਰ ਕੌਰ ਦੇ ਸਟੈਂਡ ਤੇ ਜਥੇਦਰ ਦਾਦੂਵਾਲ ਦਾ ਵੱਡਾ ਬਿਆਨ ਤਾਂ ਦੋਸਤੋ ਇਸ ਲਈ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾਤਰੀਨ ਵੱਡੀਆਂ ਖਬਰਾਂ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੈਂ ਤੇ ਜਿਨ੍ਹਾਂ ਦੋਸਤਾਂ ਨੂੰ ਸਾਡੇ ਤੋੜਾ ਦਿੱਤੀ ਗਈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਆਪਣੀ ਜਾਣਕਾਰੀ ਨੂੰ ਵੱਧ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਗੱਲ ਕਰਦੇ ਹਾਂ ਜੀ ਇਸ ਵੇਲੇ ਦੀ ਪਹਿਲੀ ਵੱਡੀ ਖਬਰ ਦੀ ਕਿ ਹਥਿਆਰਬੰਦ ਬਲਚ 5 ਸਾਲਾਂ ਜਾਂ 2 ਲੱਖ ਨੌਜਵਾਨਾਂ ਨੂੰ ਨੌਕਰੀਆਂ 84000 ਭਾਰਤੀਆਂ ਕੱਢਣ ਦੀ ਤਿਆਰੀ ਦੋਸਤੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਮੋਦੀ ਸਰਕਾਰ ਦੀ ਯੋਜਨਾ ਰੰਗ ਲਿਆ ਰਹੀ ਹੈ ਇਹ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਦਾ ਹੀ ਨਤੀਜਾ ਹੈ ਕਿ ਪਿਛਲੇ 5 ਸਾਲਾਂ ਵਿੱਚ ਕੇਂਦਰੀ ਹਥਿਆਰਬੰਦ ਬਲਾ ਵਿੱਚ ਕਰੀਬ 2 ਲੱਖ ਨੌਜਵਾਨਾਂ ਦੀ ਭਰਤੀ ਹੋਈ ਹੈ ਹਥਿਆਰਬੰਦ ਬਲਾ ਵਿੱਚ ਅਜੇ ਵੀ 84000 ਅਸਾਮੀਆਂ ਖਾਲੀ ਹਨ ਜਿਨ੍ਹਾਂ ਨੂੰ ਭਰਨ ਲਈ ਦਾ ਮਤਲਬ ਚੁੱਕੇ ਗਏ ਨੇ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਰੀਬ 1 ਲੱਖ ਨੌਜਵਾਨਾਂ ਨੂੰ ਕੇਂਦਰੀ ਹਥਿਆਰਬੰਦ ਬਲਾਂ ਵਿੱਚ ਭਾਰਤੀ ਕੀਤਾ ਜਾਣ ਤੇ ਵਿਰੋਧੀ ਤਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੁੱਦੇ ਉੱਤੇ ਕਈ ਵਾਰ ਸਰਕਾਰ ਤੇ ਨਿਸ਼ਾਨਾ ਸਾਧੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਸੀਆਰਪੀਐਫ ਅਤੇ ਸੀਆਈਐਸਐਫ ਅਸਾਮ ਰਾਈਫਲਜ਼ ਆਈਟੀਬੀਪੀ ਅਤੇ ਸੀਮਾ ਸਾਸਤਰ ਬਲ ਵਿੱਚ ਪਿਛਲੇ 5 ਸਾਲਾਂ ਵਿੱਚ ਲਾਗਭਗ 2 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਉਨਾ ਕਿਹਾ ਕਿ ਇਸ ਸਾਲ ਜੁਲਾਈ ਦੇ ਅੰਦਰ ਤੱਕ ਇਨ੍ਹਾਂ ਹਥਿਆਰਬੰਦ ਬਲਾਂ ਵਿੱਚ ਅਜੇ ਵੀ 84000 ਅਸਾਮੀਆਂ ਖਾਲੀ ਨੇ ਤੇ ਇਹਨਾਂ ਅਸਾਮੀਆਂ ਨੂੰ ਭਰਨ ਲਈ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਹਾਸਲ ਕਰਨ ਦੀਆਂ ਇੱਛਕ ਗੈਰ ਸਰਕਾਰੀ ਸੰਸਥਾਵਾਂ ਤੋਂ ਮੰਗੀਆਂ ਅਰਜ਼ੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬੱਚਿਆਂ ਔਰਤਾਂ ਦਿਵਿਆਂਗਣਾ ਬਜ਼ੁਰਗਾਂ ਆਦਿ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ ਇਸੇ ਲਈ ਤਹਿਤ ਪੰਜਾਬ ਸਰਕਾਰ ਵੱਲੋਂ ਪਲਾਨ ਸਕੀਮ ਪੀ ਐਮ ਸਿਕਸ ਅਸਿਸਟੈਂਟ ਟੂ ਐਨ ਜੀਓਜ਼ਾ ਅਦੀਨ ਪੰਜਾਬ ਵਿੱਚ ਕੰਮ ਕਰਦੀਆਂ ਯੋਗ ਗੈਰ ਸਰਕਾਰੀ ਸੰਸਥਾਵਾਂ ਤੋਂ ਵਿੱਤੀ ਸਾਲ 2022-23 ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ 21 ਨਵੰਬਰ ਤੱਕ ਦੀਆਂ ਅਰਜ਼ੀਆਂ ਮੰਗ ਮੰਗੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਸਮਾਜਿਕ ਸੁਰੱਖਿਆ ਸਤਰੀ ਅਤੇ ਬਾਲ ਵਿਕਾਸ ਬਾਰੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਔਰਤਾ ਦਿਵਿਆਂਗਣਾ ਬਜ਼ੁਰਗ ਆਦਿਆਂ ਭਲਾਈ ਸਕੀਮਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਗੈਰ ਸਰਕਾਰੀ ਸੰਸਥਾਵਾਂ ਤੋ ਸਹਾਇਤਾ ਲਈ ਜਾਂਦੀ ਹੈ ਜਿਸ ਬਦਲੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੋਣੇ ਨਿਸ਼ਾਤ ਸ਼ਰਮਾ ਦਾ ਖਤਰਾ ਵਧਿਆ ਫੋਨ ਕਰਕੇ ਕਿਹਾ ਹੁਣ ਤੇਰੀ ਵਾਰੀ ਸੁਸ਼ੇਰਨਾ ਹਿੰਦੁਸਤਾਨ ਦੇ ਕੌਮੀ ਪ੍ਰਦਾਨ ਨਿਸ਼ਾਤ ਸ਼ਰਮਾ ਨੇ ਪੁਲਿਸ ਨੂੰ ਆਪਣੀ ਸੁਰੱਖਿਆ ਮਜ਼ਬੂਤ ਕਰਨ ਦੀ ਅਪੀਲ ਕਰਦੇ ਅਤੇ ਸ਼ਿਕਾਇਤ ਕੀਤੀ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸ਼ਿਕਾਇਤ ਵਿੱਚ ਨਿਸ਼ਾਤ ਨੇ ਦੱਸਿਆ ਕਿ ਹਿੰਦੂ ਨੇਤਾ ਸੂਰੀ ਦੇ ਕਤਲ ਤੋਂ ਬਾਅਦ ਉਸ ਨੂੰ ਧਮਕੀ ਦਿੱਤੀ ਗਈ ਹੈ ਕਿ ਹੁਣ ਤੇਰੀ ਵਾਰੀ ਹੈ ਨਿਸ਼ਾਤ ਸ਼ਰਮਾ ਨੇ ਇਸ ਸਬੰਧੀ ਥਾਣਾ ਇੰਚਾਰਜ ਖੜਦ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਸਨੇ ਅਹ ਦੇਸ ਰਕਾ ਹੋਰ ਮજબੂਤ ਕੀਤੀ ਜਾਵੇ ਨਿਸ਼ਾਦ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਅਨਫਿਟ ਪੁਲਿਸ ਮਲਾਇਮਾਂ ਦੀ ਥਾਂ ਫਿਟ ਮਲਾਇਮ ਤਾਇਨਾਤ ਕੀਤੇ ਜਾਣ ਉਹਨਾਂ ਦੀ ਮੰਗ ਦੇ ਆਧਾਰ ਤੇ ਉਹਨਾਂ ਨੇ ਸੁਰੱਖਿਆ ਵਿੱਚ ਤਾਇਨਾਤ ਕੁਝ ਪੁਲਿਸ ਮਲਾਇਮਾਂ ਨੂੰ ਬਦਲਿਆ ਗਿਆ ਹੈ ਬੀਬੀ ਜਾਗੀਰ ਕੌਰ ਦੇ ਖੁਲਾਸੇ ਨਾਲ ਅਕਾਲੀ ਦਲ ਚ ਖਾਲ ਬਲੇ ਡੇਰਾ ਸੇਸਾ ਬਾਰੇ ਕਹੀ ਵੱਡੀ ਗੱਲ ਹੈ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦੇ ਸ਼੍ਰੋਮਣੀ ਅਕਾਲਾ ਸਾਹਮਣੇ ਵੱਡੀ ਚੁਣੌਤੀ ਖੜੀ ਕਰ ਦਿੰਦੀ ਹੈ ਬੇਸ਼ੱਕ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਕੋਈ ਫਿਕਰ ਨਹੀਂ ਪარა ਬੀਬੀ ਜਾਗੀਰ ਕੌਰ ਵੱਲੋਂ ਕੀਤੇ ਜਾ ਰਹੇ ਨਿੱਤ ਖੁਲਾਸਿਆਂ ਨੇ ਪਾਰਟੀ ਦੀ ਨੀਂਦ ਉਡਾ ਦਤੀ ਹੈ ਇਹ ਵੀ ਅਹਿਮ ਹੈ ਕਿ ਬੀਬੀ ਜਾਗੀਰ ਕੌਰ ਦੇ ਖੁਲਾਸਿਆਂ ਨਾਲ ਸਵਾਲ ਬਾਦਲ ਪਰਿਵਾਰ ਉੱਪਰ ਹੀ ਉੱਠ ਰਹੇ ਨੇ ਬੀਬੀ ਜਾਗੀਰ ਕੌਰ ਨੇ ਐਤਵਾਰ ਨੂੰ ਦਿਲੰਦਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ 2007 ਵਿੱਚ ਗੁਰੂ ਸਾਹਿਬ ਦਾ ਸਵਾਗਤ ਹੈ ਜਿਵੇਂ ਪਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਐਫ ਆਈ ਆਰ ਰੱਦ ਕਰਵਾਉਣੀ ਬਹੁਤ ਹੀ ਮੰਦਭਾਗੀ ਗੱਲ ਸੀ ਜੇਕਰ ਡੇਰਾ ਮੱਕੀ ਵਿਰੋਧ ਪੰਜਾਬ ਸਰਕਾਰ ਗੰਭੀਰਤਾ ਨਾਲ ਕੇਸ ਲੜਦੀ ਤਾਂ 2015 ਵਿੱਚ ਬੇਅਦਬੀ ਵਰਗਾ ਦੁਖਾਤ ਨਾ ਵਾਪਰਦਾ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਲਿਫਾਫਾ ਕਲਚਰ ਵਰਦ ਸਟੈਂਡ ਲੈ ਜਾਣ ਤੋਂ ਬਾਅਦ ਹੀ ਦੋ ਦਹਾਕਾ ਤੋਂ ਚੱਲੀ ਆ ਰਹੀ ਪੁਰਾਣੀ ਪ੍ਰਥਾ ਨੂੰ ਖਤਮ ਕਰਨਾ ਪਿਆ ਤੇ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਬੀਬੀ ਜਗੀਰ ਕਰਨ ਨੇ ਕਿਹਾ ਕਿ ਜੇਕਰ ਉਹ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਜਿੱਤਦੇ ਹਨ ਤਾਂ ਸ਼ਰਮਣੀ ਕਮੇਟੀ ਦੀ ਆਜ਼ਾਦ ਹਸਤੀ ਬਹਾਲ ਕਰਵਾਉਣਗੇ ਪੰਜ ਹਿੰਦੂ ਨੇਤਾਵਨ ਦਿੱਤੀਆਂ ਬੁਲਟ ਪ੍ਰੂਫ ਜੈਕਟ ਸੁਰੱਖਿਆ ਸਮੀਖਿਆ ਤੋਂ ਬਾਅਦ ਲਿਆ ਫੈਸਲਾ ਪੰਜਾਬ ਵਿੱਚ ਸਿਵ ਹਸੈਣ ਆਗੂ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅੰਮ੍ਰਿਤਸਰ ਵਿੱਚ ਸੁਜੀਤ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਯਕੀਨੀ ਬਣਾਉਣ ਲਈ ਲੁਧਿਆਣਾ ਦੇ ਪੰਜ ਹਿੰਦੂ ਆਗੂਆਂ ਨੂੰ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਨੇ ਰਾਜੀਓ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖਰਾਨਾ ਤੋਂ ਇਲਾਵਾ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮਾਨ ਬੁਲਟ ਪ੍ਰੂਫ ਜੈਕਟ ਮਿਲਣ ਵਾਲਿਆਂ ਵਿੱਚ ਸ਼ਾਮਲ ਨੇ 8 ਨਵੰਬਰ ਜਣਕੇ ਅੱਜ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ ਗਰਭਵਤੀ ਔਰਤਾਂ ਇਹਨਾਂ ਗੱਲਾਂ ਦਾ ਰੱਖਣ ਖਾਸ ਖਿਆਲ ਦੋਸਤੋ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 8 ਨਵੰਬਰ ਜਣਕੇ ਅੱਜ ਲੱਗਣ ਜਾ ਰਿਹਾ ਭਾਰਤ ਵਿੱਚ ਦਿਖਾਈ ਦੇਣ ਵਾਲਾ ਇਹ ਚੰਦਰ ਗ੍ਰਹਿਣ ਸਭ ਤੋਂ ਪਹਿਲਾਂ ਅਨੁਰਾਚਲ ਪ੍ਰਦੇਸ਼ ਦੇ ਇਟਾਰਨ ਨਗਰ ਵਿੱਚ ਦਿਖਾਈ ਦੇਵੇਗਾ ਕਿਉਂਕਿ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਇਸ ਲਈ ਇੱਥੇ ਵੀ ਸੂਤਕ ਕਾਲ ਦੇ ਨਿਯਮ ਲਾਗੂ ਹੋਣਗੇ ਦੱਸ ਦਈਏ ਕਿ ਚੰਦਰ ਗ੍ਰਹਿਣ ਦਾ ਸੂਤਕ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਹਾਲਾਂਕਿ ਗ੍ਰਹਿਣ ਦੁਪਹਿਰ 1:32 ਮਿੰਟ ਤੋਂ ਲੱਗੇਗਾ ਪਰ ਭਾਰਤ ਵਿੱਚ ਚੰਦਰ ਗ੍ਰਹਿਣ ਸ਼ਾਮ 5:20 ਤੇ ਨਜ਼ਰ ਆਉਣਾ ਸ਼ੁਰੂ ਹੋਵੇਗਾ ਤੇ ਸ਼ਾਮ 6:20 ਮਿੰਟ ਤੇ ਸਮਾਪਤ ਹੋਵੇਗਾ ਜਿਸ ਨਾਲ ਹੀ ਇਸ ਦਾ ਸੂਤਕ 8 ਨਵੰਬਰ ਨੂੰ ਸਵੇਰੇ 9:21 ਮਿੰਟ ਤੋਂ ਲੱਗ ਜਾਵੇਗਾ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਭੋਜਨ ਨਾ ਕਰੋ ਜੇਕਰ ਸੰਭਵ ਹੋਵੇ ਤਾਂ ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਇਸ਼ਨਾਨ ਕਰੋ ਜਾਂ ਗੰਗਾ ਜਲ ਨਾਲ ਆਪਣੇ ਹੱਥ ਪੈਰ ਧੋਵੋ ਇਸ ਤੋਂ ਬਾਅਦ ਆਪਣੇ ਗੁਰੂ ਜਾਂ ਸ਼ਿਵ ਦੀ ਪੂਜਾ ਕਰੋ ਅਤੇ ਚੌਲ, ਚੀਨੀ, ਦੁੱਧ, ਨਾਰੀਅਲ ਅਤੇ ਚਾਂਦੀ ਵਰਗੀਆਂ ਚੀਜ਼ਾਂ ਦਾ ਧਾਨ ਕਰੋ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਅਮਰਿਤਪਾਲ ਸੂਬੇ ਦੇ ਵਿਧਾਇਕ ਲਗਾ ਰਹੇ ਪਿਸਤੌਲਾਂ ਦੀ ਨਮਾਇਸ਼ ਲੁਧਿਆਣਾ ਵਿੱਚ ਸਸੰਸਦ ਰਵਨੀਤ ਬਿੱਟੂ ਨੇ ਸੁਦੇਸ਼ ਸੂਰੀ ਦੇ ਕਤਲ ਲਈ ਅਮਰਿਤਪਾਲ ਸਿੰਘ ਨੂੰ ਜ਼ਿੰਮੇਵਾਰ ਦੱਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਹਿੰਦੂ ਆਗੂਆਂ ਨੂੰ ਪੰਜਾਬ ਸਰਕਾਰ ਬੁਲਟ ਪ੍ਰੂਫ ਜੈਕਟਾ ਦੇ ਰਹੀ ਹੈ ਦੂਜੇ ਪਾਸੇ ਸਰਕਾਰ ਦੇ ਵਿਧਾਇਕ ਪਿਸਤੌਲ ਖਰੀਦ ਕੇ ਫੋਟੋਆਂ ਵਾਇਲ ਕਰਕੇ ਗਨ ਕਲਚਰ ਪ੍ਰਮੋਟ ਕਰ ਰਹੇ ਨੇ ਜੁਲ੍ਹ੍ਹੇਆਣਾ ਵਿੱਚ ਐਮਪੀ ਰਵਨੀਤ ਬਿੱਟੂ ਨੇ ਦੇਸ਼ਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਅਮਰਸਰ ਵਿੱਚ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਅਮਿਤਪਾਲ ਲਾਵੇ ਕਿਉਂਕਿ ਅਮਿਤਪਾਲ ਵੱਲੋਂ ਨੌਜਵਾਨਾਂ ਨੂੰ ਵਰਗ ਲਾਇਆ ਗਿਆ ਹੈ ਜਿਸ ਕਾਰਨ ਉਸ ਨੌਜਵਾਨ ਨੇ ਅਜਿਹਾ ਕੰਮ ਚੁੱਕਿਆ ਤੇ ਹੁਣ ਉਸ ਤੇ ਨੇ ਉਤੇਜਾਂ ਤੋਂ ਕਾਰਵਾਈ ਹੋਣ ਦੀ ਗੱਲ ਅਮਰਪਾਲਾ ਪਿੱਛੇ ਹਟ ਗਿਆ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਅਮਰਪਾਲਾ ਸੂਬੇ ਦੇ ਵਿਧਾਇਕ ਪਿਸਤੋਲਾ ਦੀ ਨਿਸ਼ਾਨੀ ਲਗਾ ਰਹੇ ਨੇ ਇਸ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਨੈਸ਼ਨਲ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜਿਆ ਜਾ ਰਿਹਾ ਹੈ ਬਿਟੂ ਨੇ ਸਿੱਧੇ ਤੌਰ ਤੇ ਅਮਰਪਾਲ ਸਿੰਘ ਨੂੰ ਖੂਫੀਆ ਏਜੰਸੀ ਦਾ ਏਜੰਟ ਦੱਸਿਆ ਹੈ ਬੁਢਾਪਾ ਪੈਨਸ਼ਨ ਦੇ ਰਹੇ ਐਨਆਰਆਈ ਤੇ ਪੰਜਾਬ ਸਰਕਾਰ ਸਖਤ ਕੀਤੀ ਪੈਚੜ ਬੰਦ ਦੋਸਤੋ ਫਾਰਜੀ ਪੈਨਸ਼ਨ ਘਟਾਲੇ ਦਾ ਮਾਮਲਾ ਤਹਿ ਦਾਨ ਕਾਫੀ ਸੁਰਖੀਆਂ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਾਲੇ ਨੂੰ ਜਾਗਰੂਕ ਕਰਲੇ ਵਿਭਾਗ ਦੀ ਤਾਰੀਫ ਕੀਤੀ ਹੈ ਦਰਸਲ ਇਹ ਮਾਮਲਾ ਉਸ ਸਮੇਂ ਸਰਕਾਰ ਦੇ ਧਿਆਨ ਵਿੱਚ ਹੈ ਜਦੋਂ ਪੈਨਸ਼ਨ ਧਾਰਕਾਂ ਦੇ ਅੰਕੜੇ ਦੇਖੇ ਗਏ ਨਾ ਅੰਕੜਿਆਂ ਵਿੱਚ ਪਾਇਆ ਗਿਆ ਕਿ ਪਿਛਲੇ 5 ਸਾਲਾਂ ਦੌਰਾਨ 17 ਲੱਖ ਬਜ਼ੁਰਗ ਵਾਦ ਗਏ ਨੇ ਬਜ਼ੁਰਗਾਂ ਦੀ ਇੰਨੀ ਸਾਖਿਆ ਵਾਦ ਜਾਣਾ ਸਰਕਾਰ ਨੂੰ ਖਟਕ ਰਿਹਾ ਸੀ ਕਿ اچانک ਪੰਜਾਬ ਚ ਐਨੇ ਲੋਕ ਕਿਵੇਂ ਬਜ਼ੁਰਗ ਹੋ ਰਹੇ ਨੇ ਉਸ ਤੋਂ ਬਾਅਦ ਅਗਰਵਾੜੀ ਵਰਕਰਾਂ ਦੀ ਸਹਾਇਤਾ ਨਾਲ ਡੋਰ ਟੂ ਡੋਰ ਸਰਵੇ ਕਰਵਾਇਆ ਗਿਆ ਤੇ ਪੂਰੇ ਮਾਮਲੇ ਦੀ ਡੂੰਘਾਈਦਲ ਜਾਂਚ ਕਰਵਾਈ ਗਈ ਇਸ ਵਿੱਚ ਸੱਚ ਸਾਹਮਣੇ ਆ ਗਿਆ ਉਸ ਤੋਂ ਬਾਅਦ ਫਰਜ਼ੀ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਇਸ ਬਹਿਲ ਵਿੱਚ ਪੰਜਾਬ ਸਰਕਾਰ ਨੂੰ ਅੱਜ ਕਰੀਬ 14 ਕਰੋੜ ਰੁਪਏ ਪ੍ਰਤੀ ਮਹੀਨਾ ਦੀ ਬਚਤ ਹੋ ਰਹੀ ਹੈ 9 ਨਵੰਬਰ ਤੋਂ ਦਿੱਲੀ ਦੀ ਆਬੋ ਹਵਾ ਚ ਹੋ ਰਿਹਾ ਹੈ ਸਵਾਰ ਖੁੱਲੜ ਕੇ ਸਰਕਾਰੀ ਪ੍ਰਾਇਮਰੀ ਸਕੂਲ ਦਲੀਲਿਆ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਲਾਨ ਕੀਤਾ ਹੈ ਕਿ ਪ੍ਰਾਇਮਰੀ ਸਕੂਲ 9 ਨਵੰਬਰ ਤੋਂ ਖੋਲੇ ਜਾਣਗੇ ਤੇ ਉੱਪਰਲੀਆਂ ਜਮਾਤਾਂ ਵਿੱਚ ਖੁੱਲ੍ਹੀਆਂ ਗਤੀਵਿਧੀਆਂ ਤੋਂ ਪਾਬੰਦੀ ਵੀ ਹਟਾ ਦਿੱਤੀ ਗਈ ਹੈ ਇਸ ਨਾਲ ਹੀ 50 ਫੀਸਦੀ ਸਰਕਾਰੀ ਮੁਲਾਜ਼ਮਾਂ ਦੇ ਘਰ ਤੋਂ ਕੰਮ ਕਰਨ ਵਾਲਾ ਫੈਸਲਾ ਵੀ ਵਾਪਸ ਲੈ ਲਿਆ ਗਿਆ ਜਿਸ ਤਰ੍ਹਾਂ ਤੁਹਾਡੇ ਦਾਸਤਰਾ ਵਿੱਚ ਪੂਰੀ ਸਬਰਥਾ ਨਾਲ ਕੰਮ ਕੀਤਾ ਜਾਵੇਗਾ BS3 ਪੈਟਰੋਲ ਅਤੇ BS4 ਡੀਜ਼ਲ ਵਰਤਦੇ ਪਾਬੰਦੀ ਜਾਏ ਰਹੇਗੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਹਿਨ ਨੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਵੱਡੀ ਖਬਰ ਪੰਜਾਬ ਸਰਕਾਰ ਨੇ ਬਲੈਕਲਿਸਟ ਕੀਤੇ ਵਾਹਨ ਹੋ ਹੋਵੇਗੀ ਸਖਤ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਜਾਲ ਸਾਜ ਨਾਲ ਰਜਿਸਟਰ ਕੀਤੇ ਗਏ 5706 BS4 ਅਤੇ ਹੋਰ ਵਾਰਨਾ ਜਿਨ੍ਹਾਂ ਦੇ ਟੈਕਸ ਅਤੇ ਦਸਤਾਵੇਜ਼ ਮੁਕੰਮਲ ਨਹੀਂ ਸਨ ਨੂੰ ਬਲੈਕਲਿਸਟ ਕਰ ਦਿੱਤੇ ਹੈ ਤੇ ਇਹਨਾਂ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੱਲਨ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 31 ਮਾਰਚ 2020 ਤੋਂ ਬਾਅਦ ਆ ਪਰ ਦੂਸ਼ਣ ਫੈਲਾਉਣ ਵਾਲੇ BS4 ਵਾਹਨ ਦੀ ਰਜਿਸਟ੍ਰੇਸ਼ਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਧੋਖਾ ਧੜੇ ਕਰਕੇ ਅਜੇ ਵੀ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿੰਨਾ ਵਿੱਚ ਟ੍ਰਾਂਸਪੋਰਟ ਵਿਭਾਗ ਨੇ ਹੁਣ ਤੱਕ 5706 ਵਾਹਨਾਂ ਦੀ ਸਨਾਰਥ ਕਰ ਲਈ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਵahan ਦੇ ਮਾਲਕਾਂ ਕੰਪਨੀ ਡੀਲਰਾਂ ਅਤੇ RTO SDM ਦਫ਼ਤਰਾਂ ਦੇ ਕਲਰਕਾਂ ਸਹਾਇਕਾ ਅਕਾਊਂਟੈਂਟਾਂ ਅਤੇ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਇੰਜਨ ਨੰਬਰ 400 ਨੰਬਰ ਨਾਲ ਵਾਹਾਂ ਦੇ ਨਿਰਮਾਣ ਵੇਰਵੇ ਵਿੱਚ ਹੇਰਫੇਰ ਕਰਕੇ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਟੈਕਸ ਚੋਰੀ ਕੀਤਾ ਗਿਆ ਤੇ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਗੱਡੀਆਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਜਾਨਕਿ ਇਹਨਾਂ ਦੇ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਫਾਰਮ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਮੁਫਤ ਤਿਆਰੀ ਦਵਿੰਦਰ ਪਾਲ ਸਿੰਘ ਮਾਸਟਰ ਕੈਂਪ ਇੰਚਾਰਜ ਸੀ ਪਾਇਟ ਕੈਂਪ ਹਕੂਮਤ ਸਿੰਘ ਵਾਲਾ ਫਰੋਜਪੁਰ ਦੇ ਜਾਣ ਕੇ ਦਿੰਦੇ ਦੱਸਿਆ ਕਿ ਸ਼੍ਰੀ ਮੁਖਸਦ ਸਾਹਿਬ ਫੌਜਲ ਕਾਤੇ ਫੀਰਕੋਟ ਜਲਿਆੜੀ ਫੌਜ ਦੀ ਭਰਤੀ ਲਈ 16 ਨਵੰਬਰ 2022 ਤੱਕ ਫਰੋਥ ਪਰ ਵਿਖੇ ਹੋ ਰਹੀ ਹੈ ਇਸ ਭਰਤੀ ਲਈ ਵਿੱਚੋ ਫਿਜ਼ੀਕਲ ਫਿਟ ਹੋਏ ਯੋਗਾਂ ਦੇ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਸੀ ਪਾਇਟ ਕਹਿ ਪਾ ਹਕੂਮਤ ਸਿੰਘ ਵਾਲਾ ਫਰੋਥ ਪਰ ਵਿਖੇ ਮੁਫਤ ਕਰਵਾਈ ਜਾ ਰਹੀ ਹੈ ਚਾਹਵਨ ਯੁਵਕ ਜਲਦੀ ਤੋਂ ਜਲਦੀ ਸੀ ਪਾਇਟ ਕੈਂਪ ਵਿਖੇ ਰਿਪੋਰਟ ਕਰ ਸਕਦੇ ਨੇ ਪੇਪਰ ਦੀ ਤਿਆਰੀ ਦੌਰਾਨ ਯੋਗਾਂ ਨੂੰ ਖਾਣਾ ਅਤੇ ਰਹਿائش ਮੁਫਤ ਦਿੱਤੀ ਜਾਵੇਗੀ ਪਰਾਲੀ ਸਾੜਨ ਵਾਲਿਆਂ ਤੇ ਸਰਕਾਰ ਸਖਤ ਹੁਣ ਨਹੀਂ ਮਿਲੇਗੀ ਕਿਸਾਨ ਸਨਮਾਨ ਨਿਧੀ ਜੀहां ਦੋਸਤੋ ਹੁਣ ਪਰਾਲੀ ਸਾੜਦਾ ਕਿਸਾਨ ਨੂੰ ਮਹਿੰਗਾ ਪੈ ਸਕਦਾ ਜੀहां ਜੇਕਰ ਕਿਸਾਨ ਹੁਣ ਪਰਾਲੀ ਸਾੜਦੇ ਹਨ ਤਾਂ ਉਹ ਸਨਮਾਨ ਨਿਧੀ ਦੀ ਰਕਮ ਗਵਾ ਸਕਦੇ ਹਨ ਦਰਅਸਲ ਪਰਾਲੀ ਸੜਨ ਦੇ ਵਾਅਦੇ ਮਾਮਲੇ ਦੇ ਮੱਦੇਨਜ਼ਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਪਰਾਲੀ ਸੜਨ ਦਾ ਰਵਾਜ ਸਾਲਾਂ ਤੋਂ ਚੱਲਿਆ ਆ ਰਿਹਾ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਅਣਹੋਂਦ ਵਿੱਚ ਕਿਸਾਨ ਹਰ ਸਾਲ ਅਕਤੂਬਰ ਨਵੰਬਰ ਦੇ ਮਹੀਨੇ ਐਸਾ ਰਸਵ ਨੂੰ ਪੰਜਾਬ ਦੇ ਨੇ ਤੇ ਹਵਾ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਜਿਸ ਦੇ ਚੱਲਦਿਆ ਉਤਰੀ ਭਾਰਤ ਧੂਏ ਦੀ ਪੱਟੀ ਬਣ ਜਾਂਦਾ ਤੇ ਆਮ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਤੇ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਉਹਨੂੰ ਯੂਪੀ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਸਰਕਾਰ ਪਰਾਲੀ ਸਾੜਨ ਦੇ ਲੈ ਕੇ ਸਖਤੀ ਕਰਦੀ ਨਜ਼ਰ ਆ ਰਹੀ ਹੈ। ਹੁਣ ਦਰਸਲ ਸਰਕਾਰ ਨੇ ਖੇਤਾਂ ਵਿੱਚ ਪਰਾਲੀ ਸਾੜਨ ਵਾਲਿਆਂ ਖਿਲਾਫ ਨਵਾਂ ਫੈਸਲਾ ਲੈਂਦੇ ਖੇਤੀਬਾੜੀ ਵਿਭਾਗ ਤੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਰੀ ਸਰਮਾਨਾ ਰਾਸ਼ੀ ਖਤਮ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪ੍ਰਾਲੀ ਸਾੜਨ ਦੇ ਮਾਮਲਿਆਂ ਨੂੰ ਠੱਲ ਪਾਇਆ ਜਾ ਸਕੇ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਵਿਅਕਤੀ ਪ੍ਰਾਲੀ ਸਾੜ ਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 1 ਏਕੜ ਤੱਕ ਦੀ ਜ਼ਮੀਨ ਤੇ 2500 ਰੁਪਏ ਅਤੇ 1 ਏਕੜ ਤੋਂ ਵੱਧ ਜ਼ਮੀਨ ਤੇ 5000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਐਸਜੀਪੀਸੀ ਚੋਣਾ ਨੂੰ ਲੈ ਕੇ ਬੀਬੀ ਜਾਗੀਰ ਕੌਰ ਦੇ ਸਟੈਂਡ ਤੇ ਜਥੇਦਾਰ ਦਾ ਦੱਦੂਵਾਲ ਦਾ ਵੱਡਾ ਬਿਆਨ ਅੱਜ ਦੀ ਲਾਸਟ ਖਬਰ ਹੈ ਜੀ ਐਸਜੀਪੀਸੀ ਦੀ ਹੋਣ ਜਾ ਰਹੀ ਚੋਣ ਨੂੰ ਲੈ ਕੇ ਪ੍ਰਤੀਕਰਮ ਪ੍ਰਗਟਾਉਂਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਖੁੱਲਿਆ ਬਾਦਲ ਪਰਿਵਾਰ ਖਿਲਾਫ ਕੀਤੀ ਬਗਾਵਤ ਨੇ ਇਸ ਪਰਿਵਾਰ ਪਰਸਤਿਤੋ ਤੰਗ ਆਏ ਪੰਥਕ ਹਤਾਸ਼ੀਆਂ ਅਤੇ ਐਸਜੀਪੀਸੀ ਮੈਂਬਰਾਂ ਨੂੰ ਵਧੀਆ ਅਤੇ ਸੋਹਣਹਦ ਪਲੇਟਫਾਰਮ ਦਿੱਤਾ ਹੈ ਜਿਸ ਦੇ ਚਰਤ ਨੂੰ ਵੇਖ ਕੇ ਸੁਖਬੀਰ ਬਰਲ ਦੇ ਪੈਰਾ ਹੇਠ ਜਮੀੜ ਖਿਸਕ ਰਹੀ ਹੈ ਸੁਖਬੀਰ ਸਿੰਘ ਬਾਤਲ ਸੌਖੇ ਸੌੜੇ ਹੱਥ ਕੱਢਣ ਉੱਤੇ ਉਤਰ ਆਏ ਹਨ ਕਿਉਂਕਿ ਉਹ ਐਸਜੀਪੀਸੀ ਮੈਂਬਰਾਂ ਨੂੰ ਅਹੁਦੇਦਾਰਾਂ ਦੇ ਲਾਲਚ ਦੇ ਲੱਗ ਪਏ ਹਨ ਹੁਣ ਸੁਖਬੀਰ ਕੋਲ ਨਾ ਤਾਂ ਬੱਦੇ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਦਾ ਸਮਾਂ ਰਿਹਾ ਤੇ ਨਾ ਹੀ ਹਰਿਆਣਾ ਕਮੇਟੀ ਦੇ ਮੁੱਦੇ ਤੇ ਬਿਆਣ ਬੱਝ ਕਰੰਦਾ ਕਦੇ ਸੁਖਬੀਰ ਭਾਜਪਾ ਨਾਲ ਗੱਠ ਜੋੜ ਕਰਕੇ ਸਾਨੂੰ ਕਾਂਗਰਸ ਦੇ ਏਜੰਟ ਦੱਸਦੇ ਸਨ ਅਤੇ ਅੱਜ ਉਹਨਾਂ ਦਾ ਨਾ ਭਾਜਪਾ ਨਾਲ ਜੋੜ ਕੇ ਕਾਂਗਰਸ ਦੇ ਆਗੂ ਨਾਲ ਆਪਣਾ ਪ੍ਰਧਾਨ ਬਣਾਉਣ ਲਈ ਗੁਪਤ ਮੀਟਿੰਗਾਂ ਕਰਕੇ ਸਹਾਇਤਾ ਮੰਗ ਰਹੇ ਨੇ ਜਥੇਦਾਰ ਦਾਲਦੁਵਾਲ ਨੇ ਕਿਹਾ ਕਿ ਡੇਰਾ ਮੁਖੀ ਦੀ ਪੋਸਤ ਪਨਾਹੀ ਦੇ ਬੇਅਦਬੀ ਅਤੇ ਗੋਲੀਕਾਰ ਚੰਨ ਦੇ ਬਾਈ ਭੂਮੀ ਕਾ ਪਰਿਵਾਰ ਦੇ ਪਤਨ ਦਾ ਜ਼ਰੀਆ ਬਣ ਰਹੀ ਹੈ ਉਹਨਾਂ ਨੇ ਕਿਹਾ ਕਿ ਜਾਗੀਰ ਜਮੀਰ ਵਾਲੇ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ਤੇ ਇਸ ਪਰਿਵਾਰ ਦੀ ਅਗਵਾਈ ਸ਼ਰਧ ਰੀ ਚਾਹੀਦੀ ਹੈ ਤੇ ਸਾਕਾ ਵੱਲੋਂ ਨਕਾਰੇ ਲੋਕਾਂ ਨੂੰ ਪੰਤਕ ਸੰਸਥਾਵਾਂ ਵਿੱਚੋਂ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਹੈ ਤਾ ਦੋਸਤੋ ਇਸ ਸਿੰਘ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਆ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਐਨਾਈ ਧੰਨਵਾਦ ਸਤਿ ਸ਼੍ਰੀ ਅਕਾਲ